ਗੰਗਵਰ ਵਰਗੇ ਇੱਥੇ ਮਤਲਬ ਕਲੀਨੀਸ਼ੀਅਨ ਆਏ ਨੇ, ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈਗੀ ਹੈ। ਮੈਂ ਸੁਣ ਰਿਹਾ ਸੀ ਕਿ ਮੈਡੀਕਲ ਸਾਇੰਸਿਸ ਦੇ ਵਿੱਚ ਬੇਸਿਕਲੀ ਜਿਹੜਾ ਇਹ ਮੰਚ ਹੈ, ਇੱਕ ਮੰਚ ਇਹ ਹੈ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ 3 ਜਨਰੇਸ਼ਨ ਇਕੱਠੀਆਂ ਹਿੱਸਾ ਲੈਂਦੀਆਂ ਨੇ। ਇੱਕ ਬੰਨੇ ਸਟੂਡੈਂਟਸ ਨੇ, ਇੱਕ ਬੰਨੇ ਅਪਕਮਿੰਗ ਡਾਕਟਰਸ ਨੇ, ਦੂਸਰੇ ਬੰਨੇ ਡਾਕਟਰ ਵਾਂਡਰ ਵਰਗੇ, ਡਾਕਟਰ ਗੰਗ ਵਰਗੇ, ਉਹ ਜਿਹਨਾਂ ਕੋਲ 30-30, 35-35, 40-40 ਸਾਲ ਦਾ ਐਕਸਪੀਰੀਅੰਸ ਆ, ਉਹ ਡਾਕਟਰ ਨੇ। ਸੋ ਇੱਕ ਲੈਗੇਸੀ ਜਿਹੜੀ ਹੈ ਉਹ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਵੱਲ ਜਾ ਰਹੀ ਹੈ, ਤੀਸਰੀ ਜਨਰੇਸ਼ਨ ਵੱਲ ਜਾ ਰਹੀ ਹੈਗੀ ਹੈ, ਜੋ ਕਿ ਸਾਡੇ ਸਮਾਜ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਚੰਗਾ ਜਿਹੜਾ ਹੈ ਉਹ ਯੋਗਦਾਨ ਜਿਹੜੇ ਉਹ ਪਾ ਸਕਦੇ ਹੈ। ਅਤੇ ਮੈਂ ਡਾਕਟਰ ਗੰਗਵਰ ਨੂੰ ਸੁਣ ਰਿਹਾ ਸੀ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਜਿਸ ਤਰੀਕੇ ਦੀ ਚੇਂਜਸ ਸਾਡੀ ਸੁਸਾਇਟੀ ਦੇ ਵਿੱਚ, ਖਾਸ ਕਰਕੇ ਮੈਡੀਕਲ ਸਾਇੰਸਿਸ ਦੇ ਵਿੱਚ ਆਈਆਂ ਨੇ, ਇਸ ਦਾ ਵੱਡਾ ਪ੍ਰਭਾਵ ਮੈਡੀਕਲ ਸਾਇੰਸਿਸ ਦੇ ਵਿੱਚ ਵੀ ਪਿਆ ਹੈਗਾ। ਹੁਣ ਚੈਲੰਜ ਇਹ ਹੈਗਾ ਕਿ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ ਉਹ ਅਡੋਪਟ ਵੀ ਕਰਨੀ ਹੈ, ਔਰ ਨਾਲੋਂ ਨਾਲ ਜਿਹੜਾ ਹੈਗਾ ਪੁਰਾਣੀ ਸਾਡੀ ਜਿਹੜੀ ਕਿ ਐਕਸਪਰਟੀਜ਼ ਹੈਗੀ ਹੈ ਉਸਨੂੰ ਵੀ ਕੋਲੈਬੋਰੇਟ ਕਰਨਾ ਹੈ। ਪਰ ਅਸੀਂ ਉਸ ਲੈਕਚਰ ਮੈਂ ਸੁਣ ਰਿਹਾ ਸੀ, ਉਸ ਲੈਕਚਰ ਦੇ ਵਿੱਚ ਸ਼ਾਇਦ ਡਾਕਟਰ ਸਾਹਿਬ ਨੇ ਇੱਕ ਵਰਡ ਯੂਜ਼ ਕੀਤੇ ਸੀ ਕਿ ਟੈਕਨੋਲੋਜੀ ਜ਼ਿਆਦਾ ਭਾਰੂ ਹੋ ਗਈ ਹੈ। ਇੱਕ ਉਹ ਜ਼ਮਾਨਾ ਸੀ ਜਦੋਂ ਡਾਕਟਰ ਆਪਣੀ ਜਜਮੈਂਟ ਦੇ ਮੁਤਾਬਕ ਹੀ ਡਾਇਗਨੋਸ ਕਰ ਦਿੰਦਾ ਹੈਗਾ ਸੀ। ਸ਼ਾਇਦ ਅੱਜ ਦੇ ਇਸ ਜ਼ਮਾਨੇ ਦੇ ਵਿੱਚ ਜੇ ਟ੍ਰੀਟਮੈਂਟ ਦੀ ਕੋਸਟ ਵੱਧ ਰਹੀ ਹੈਗੀ ਹੈ ਤਾਂ ਉਹਦੇ ਪਿੱਛੇ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਅਸੀਂ ਜ਼ਿਆਦਾ ਡਿਪੈਂਡੈਂਸੀ ਡਾਇਗਨੋਸਿਸ ਦੇ ਉੱਤੇ, ਟੈਸਟਾਂ ਦੇ ਉੱਤੇ ਹੋ ਗਈ ਹੈ। ਅਤੇ ਇਹ ਇੱਕ ਪੁਆਇੰਟ ਸੀ, ਨੈਚੁਰਲੀ ਇਸ ਪੁਆਇੰਟ ਨੂੰ ਕੈਰੀ ਫੋਰਵਰਡ ਕਰਨਾ ਚਾਹੀਦਾ ਹੈਗਾ, ਕਿਉਂਕਿ ਉਸ ਟੈਕਨੋਲੋਜੀ ਦਾ, ਉਸ ਐਡਵਾਂਸਮੈਂਟ ਦਾ ਉਦੋਂ ਤੱਕ 100% ਫਾਇਦਾ ਨਹੀਂ ਹੋ ਸਕਦਾ ਜਦੋਂ ਤੱਕ ਲਾਈਨ ਦੇ ਆਖਰ ਦੇ ਵਿੱਚ ਖੜ੍ਹੇ ਹੋਏ ਸ਼ਖਸ ਨੂੰ ਉਸਦਾ ਬੈਨੀਫਿਟ ਨਾ ਹੋਵੇ। ਉਸ ਨੂੰ ਵੀ ਸਾਨੂੰ ਉਸ ਚੀਜ਼ ਨੂੰ ਕੰਸਿਡਰ ਕਰਨਾ ਚਾਹੀਦਾ ਹੈਗਾ। ਉਹ ਇੱਕ ਮੰਚ, ਅੱਛਾ ਪਲੇਟਫਾਰਮ ਹੈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ, ਬਹੁਤ ਸਾਰੇ ਅਪਕਮਿੰਗ ਡਾਕਟਰਸ ਨੇ ਔਨਲਾਈਨ ਦੇਖ ਰਹੇ ਨੇ ਜਿਨ੍ਹਾਂ ਨੇ ਪ੍ਰੈਕਟੀਕਲੀ ਪੇਸ਼ੈਂਟ ਨੂੰ ਜਿਹੜਾ ਹੈਗਾ ਉਹ ਟ੍ਰੀਟ ਕਰਨਾ ਹੈਗਾ। ਔਰ ਵੈਸੇ ਵੀ ਲਾਸਟ ਬਟ ਨੋਟ ਦ ਲੀਸਟ, ਕਿ ਸਾਡਾ ਜਿਹੜਾ 3 ਲੇਅਰਸ ਨੇ, ਕਿਉਂਕਿ ਮੈਂ ਤਾਂ ਇੱਕ ਲੇਮੈਨ ਹਾਂ ਇਸ ਪ੍ਰੋਫੈਸ਼ਨ ਦੇ ਲਈ, ਮੈਂ ਜੋ ਸਮਝਦਾ ਪ੍ਰਾਇਮਰੀ ਲੇਅਰ, ਸੈਕੰਡਰੀ ਲੇਅਰ, ਟਰਸ਼ਰੀ ਲੇਅਰ ਹੈ, ਔਰ ਸਾਡਾ ਪ੍ਰਾਇਮਰੀ ਲੇਅਰ ਸੀ ਜਿਹੜਾ ਉਹਦਾ ਸਿਸਟਮ ਕਾਫੀ ਗੜਬੜਾ ਗਿਆ ਹੋਇਆ ਪੂਰੇ ਹਿੰਦੁਸਤਾਨ ਦੇ ਵਿੱਚ। ਲੇਕਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਉੱਤੇ ਕੰਮ ਕੀਤਾ ਹੈ, ਆਮ ਆਦਮੀ ਕਲੀਨਿਕ ਦੇ ਰੂਪ ਦੇ ਵਿੱਚ ਕੀਤਾ ਹੈ, 872 ਆਮ ਆਦਮੀ ਕਲੀਨਿਕ ਅਸੀਂ ਖੋਲ੍ਹੇ ਆ। ਉੱਥੇ ਇਹ ਦੇਖਣ ਦੇ ਵਿੱਚ ਚੀਜ਼ ਆਈ ਹੈਗੀ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਕਰਕੇ ਡਾਕਟਰ ਕੋਲ ਨਹੀਂ ਜਾਂਦੇ ਕਿਉਂਕਿ ਟ੍ਰੀਟਮੈਂਟ ਮਹਿੰਗਾ, ਉਹ ਅਫੋਰਡ ਨਹੀਂ ਕਰ ਸਕਦੇ। ਪਰ ਹੁਣ ਜਦੋਂ ਅਸੀਂ ਉੱਥੇ ਜਾ ਕੇ ਦੇਖਦੇ ਹਾਂ, ਉੱਥੇ ਸਾਰਾ ਡਾਟਾ ਜਿਹੜਾ ਔਨਲਾਈਨ ਰਿਕਾਰਡ ਹੁੰਦਾ, ਤਾਂ ਦੇਖਿਆ ਗਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਅਰਲੀ ਸਟੇਜ 'ਚ ਪਤਾ ਲੱਗ ਸਕਦੀਆਂ, ਜਿਨ੍ਹਾਂ ਦਾ ਟ੍ਰੀਟਮੈਂਟ ਹੋ ਸਕਦਾ, ਜਿਹਦਾ ਟ੍ਰੀਟਮੈਂਟ ਦੀ ਕੋਸਟ ਘੱਟ ਹੋ ਸਕਦੀ ਹੈ। ਬਟ ਜਦੋਂ ਲੇਟਰ ਸਟੇਜ ਦੇ ਵਿੱਚ ਸੈਕੰਡਰੀ ਜਾਂ ਟਰਸ਼ਰੀ ਕੇਅਰ ਲਈ ਜਾਂਦਾ, ਉਹਦੀ ਕੋਸਟ ਵੱਧ, ਕਾਫੀ ਵੱਧ ਜਾਂਦੀ ਹੈ। ਸੋ ਮੈਨੂੰ ਇਹ ਲੱਗਦਾ ਕਿ ਜਿਸ ਤਰੀਕੇ ਦਾ ਮਤਲਬ ਅਸੀਂ ਪੰਜਾਬ ਦੇ ਵਿੱਚ ਹੈਲਥ ਕੇਅਰ ਦੇ ਵਿੱਚ ਕੰਮ ਕਰ ਰਹੇ ਹਾਂ, ਔਰ ਜਿਸ ਤਰੀਕੇ ਨਾਲ ਤੁਸੀਂ ਲੋਕ ਯਾਨੀ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰ ਰਹੇ ਹੋ, ਜੋ ਕੋਲੈਬੋਰੇਟ ਕਰ ਜਾਣ, ਤਾਂ ਕਾਫੀ ਹੱਦ ਤੱਕ ਜਿਹੜਾ ਹੈਗਾ ਪਾਪੂਲੇਸ਼ਨ ਦਾ ਬੈਨੀਫਿਟ ਹੋ ਸਕਦਾ। ਮੈਂ ਇੱਕ ਵਾਰੀ ਫਿਰ ਡਾਕਟਰ ਵਿੱਤਲ ਗੁਪਤਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਦੀ ਬਦੌਲਤ ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਸਾਨੂੰ ਵੀ ਸ਼ਮੂਲੀਅਤ ਹੋਣ ਦਾ ਮੌਕਾ ਮਿਲਦਾ। ਬਹੁਤ ਬਹੁਤ ਸ਼ੁਕਰੀਆ।